एक दिन, धरती सूरज दुआले चक्कर कटती है एक साल, पर कोई भी दिन पहले दिन वर्गा नहीं हुंदा ते कोई भी साल पहले साल वर्गा नहीं हुंदा। सो कोई ना कोई कंटिन्यूटी ते रेपीटिशन दे विच कोई ना कोई प्रोग्रेशन भी है। एक टाइम नूं वेखण दा इह तरीका। दूजा तरीका बच्चा जन्म लैंदा जवान हुंदा बिरध हुंदा पूरा हो जाता उहदी थां ते होर बच्चे जन्म लैंदे आ। लाइफ का साइकल चल रहा जिहड़ा उहदे च जन्म ते मौत ते उहदे विचाले जिहड़ा वक्फा है उहदा टाइम नाल संबंध है। बसंत रुत आउंदी है दरख्तां ते नवें पत्ते निकलदे आ हौली हौली होर रंग लैंदे आ उह उस तो बाद पतझड़ आउंदी आ पत्ते झड़दे आ एक साइकल है टाइम का पर पत्ते दोबारा फिर न्यू हो जाते। सो टाइम की है एक लीनियर प्रोसैस है कि सिकलिकल है। लीनियर हो गया एक रेखा वांगू इस पॉइंट तो शुरू होकर इतने तक जा रहा सिकलिकल सर्कल घूमता। सो टाइम च दोनों कुछ ही है। जे एक इंडिविजुअल की लाइफ देखोगे तो वह लीनियर लगती है बच्चा पैदा होया जवान होया बिरध होया उसकी मौत होगी यह लीनियर है। पर लाइफ च बहुत कुछ बहुत सारे हिस्टोरिकल प्रोसैसेस वो रिपीट होंगे है। सो बहुत कुछ पुराना नवे सिरे तो जागता है वो फिर टाइम के चीज़ें जो रीइनवेंट होंगे जोड़ा लीनियर प्रोसैस है लीनियरिटी है टाइम की वो इंटरप्ट होंगी है जो सबवर्ट होंगी है वो इंटरप्शन जो सबवर्शन जी है वो टाइम की मनुखी जीवन की तोड़ के उत्ते सरदारी है ਉਹਨੂੰ ਕੁਐਸਚਨ ਹੇਠ ਲੈ ਕੇ ਆਉਂਦੀ ਆ ਉਹਨੂੰ ਇਰੇਜ਼ਰ ਹੇਠ ਲੈ ਕੇ ਆਉਂਦੀ ਆ। ਹੁਣ ਆ ਗਈ ਲੈਂਗੁਏਜ। ਲੈਂਗੁਏਜ ਦੇ ਬਾਰੇ ਲੋਕ ਕਹਿੰਦੇ ਆ ਬਹੁਤ ਸਾਰੇ ਇਹ ਕਮਿਊਨੀਕੇਸ਼ਨ ਲਈ ਹੁੰਦੀ ਆ ਆਪਾਂ ਕੋਈ ਗੱਲ ਕਹਿਣੀ ਆ ਆਪਾਂ ਸ਼ਬਦਾਂ ਨੇ ਬਿਆਨ ਕਰ ਦਿੰਦੇ ਹਾਂ ਪਰ ਜਦੋਂ ਮਨੁੱਖ ਬੋਲਦੇ ਆ ਕੀ ਉਹ ਸਿਰਫ ਮਤਲਬ ਦੀ ਗੱਲ ਕਰਨ ਲਈ ਬੋਲਦੇ ਆ। ਇੱਕ ਮਾਂ ਜਿਹੜੀ ਆ 6 महीने के साल के बच्चे नाल गल करती है उहदे च जिहड़ी लैंग्वेज है उहदी सिग्निफिकेंस साउंड करके है शब्दां करके जां अर्थां करके नहीं उह साउंड दे विच जिहड़ी साउंड दी म्यूजिकैलिटी है उह मां ते बच्चे दा जिहड़ा अंदरला तालमेल है उहदे हिसाब नाल उह म्यूजिकैलिटी प्रगट हुंदी है। ਜਿਹੜਾ ਮਿਊਜ਼ੀਕੈਲਿਟੀ ਦਾ ਪ੍ਰਗਟਾਵਾ ਉਹ ਇੱਕ ਨਾਤਾ ਬਣਦਾ ਬੱਚੇ ਨੂੰ ਕੋਈ ਆਰਾਮ ਮਿਲਦਾ ਅਤੇ ਉਹਦਾ ਮਾਂ ਨਾਲ ਕੋਈ ਅੰਦਰਲਾ ਕੋਈ ਤਾਲਮੇਲ ਜਿਹੜਾ ਸ਼ਬਦਾਂ ਤੋਂ ਪਾਰ ਦਾ ਉਹ ਨਿਸ਼ਚਿਤ ਹੁੰਦਾ। ਜੇ ਹੁਣ ਤੁਸੀਂ ਇੱਕ 6 ਮਹੀਨੇ ਦੇ ਬੱਚੇ ਨੂੰ ਚੱਕ ਲਓ ਉਹਨੂੰ ਕਹੋ ਵੀ ਰੋਣ ਦੀ ਕੋਈ ਲੋੜ ਨਹੀਂ ਤੈਨੂੰ ਭੁੱਖ ਲੱਗੀ ਆ ਤੈਨੂੰ ਦੁੱਧ ਪਿਆ ਦਿੰਦੇ ਹਾਂ ਚੁੱਪ ਕਰ ਜਾ ਰੋ ਨਾ ਹੁਣ ਤੇਰਾ ਸੌਣ ਦਾ ਟਾਈਮ ਹੋ ਗਿਆ जाके सौ जा तेन आराम मिलेगा रोएगा मैनू भी तंग करेगा आप भी तंग होएगा ये तो कोई अर्थ नहीं ना बच्चे वास्ते पर जो मीनिंगलैस म्यूजिकल साउंड है वह मीनिंगफुल है। जिहड़ी आह स्पीच है ये एक्चुअली मीनिंगलैस है। सो जिहड़ी लैंग्वेज है जिवें हाइडेगर नूं मैं साइट किया इत्थे जर्मन फिलोसफर नूं इंट्रोडक्शन दे विच वो ये है कि ਉਹ ਕਹਿੰਦਾ ਤੁਸੀਂ ਲੈਂਗੁਏਜ ਨਹੀਂ ਬੋਲਦੇ ਤੁਸੀਂ ਲੈਂਗੁਏਜ ਨਹੀਂ ਬੋਲਦੇ ਬੋਲੀ ਤੁਹਾਡੇ ਰਾਹੀਂ ਬੋਲਦੀ ਹੈ। ਸੋ ਜਿਹੜੀ ਬੋਲੀ ਹੈ ਉਹਦੀਆਂ ਕਨਸੈਪਚੁਅਲ ਅਤੇ ਕਲਚਰਲ ਪ੍ਰੋਪਰਟੀਜ਼ ਤੁਹਾਡੇ ਤੋਂ ਪਹਿਲਾਂ ਪਹਿਲੀਆਂ ਪੁਸ਼ਤਾਂ ਦੇ ਦੌਰਾਨ ਬਣ ਚੁੱਕੀਆਂ। ਜਿਹੜੇ ਸ਼ਬਦਾਂ ਦੇ ਅਰਥ ਹੈ ਜਾਂ ਸ਼ਬਦਾਂ ਦੀ ਕਨੋਟੇਸ਼ਨ ਹੈ ਜਿਵੇਂ ਇੱਕ ਸ਼ਬਦ ਹੈ ਘੋੜਾ ਉਹਦਾ ਅਰਥ ਹੈ ਇੱਕ ਜਾਨਵਰ ਚਾਰ ਲੱਤਾਂ ਵਾਲਾ ਜਿਹਦੀ ਸਵਾਰੀ ਕੀਤੀ ਜਾਂਦੀ ਹੈ ਜਿਹਨੂੰ ਅੰਗਰੇਜ਼ੀ 'ਚ ਹੌਰਸ ਕਹਿੰਦੇ ਆ। ਪਰ ਜੇ ਪਿਓ ਆਪਦੇ ਪੁੱਤ ਨੂੰ ਕਹਿੰਦਾ ਉੱਠ ਘੋੜਿਆ ਇਹ ਕਲਚਰਲ ਕਨੋਟੇਸ਼ਨ ਹੈ ਜਿਹਦੀ ਉੱਥੇ ਸੈਂਸ ਬਣਦੀ ਹੈ ਉਸ ਬੋਲੀ ਦੇ ਵਿੱਚ। ਸੋ ਉਹਦੀਆਂ ਕਲਚਰਲ ਕਨੋਟੇਸ਼ਨਸ ਸ਼ਬਦਾਂ ਦੀਆਂ ਬਹੁਤ ਸਾਰੇ ਅੰਦਰ ਲੁਕੇ ਹੋਏ ਭਾਵ
ਉਹ ਪਹਿਲਾਂ ਨਿਸ਼ਚਿਤ ਹੋ ਚੁੱਕੇ ਆ। ਜਿਵੇਂ ਕਹਿੰਦੇ ਆ ਸਾਈਕੋਲੋਜੀ ਵਾਲੇ, ਤੁਹਾਡੇ ਇੱਕ ਬੰਦੇ ਦੇ ਅੰਦਰ ਤੁਹਾਡੇ ਅਨਕੌਨਸ਼ੀਅਸ 'ਚ 10,000 ਤੁਹਾਡੇ ਪੁਰਖਿਆਂ ਦਾ ਜਿਹੜਾ ਅਨਕੌਨਸ਼ੀਅਸ ਆ ਉਹ ਪਿਆ, 10,000 ਪੁਰਖੇ ਤੁਹਾਡੇ ਅੰਦਰ ਆ, ਅਤੇ ਉਹ ਸਮੇਂ ਸਮੇਂ 'ਤੇ ਜਿਹੜਾ ਉਹਨਾਂ ਦੀਆਂ ਆਵਾਜ਼ਾਂ, ਉਹਨਾਂ ਦੇ ਅਨੁਭਵ ਤੁਹਾਡੀ ਪਰਸਨੈਲਿਟੀ 'ਚੋਂ, ਤੁਹਾਡੇ ਵਿਹਾਰ 'ਚੋਂ ਉਹ ਨਿਕਲਦੇ ਰਹਿੰਦੇ ਆ, ਤੁਹਾਡੇ ਵਿਅਕਤੀਤਵ ਨੂੰ, ਤੁਹਾਡੀ ਹੋਂਦ ਨੂੰ ਉਹ ਸ਼ੇਪ ਦਿੰਦੇ ਰਹਿੰਦੇ ਆ। ਸੋ ਜਿਹੜੀ ਲੈਂਗੁਏਜ ਆ ਉਹ ਕਮਿਊਨੀਕੇਸ਼ਨ ਦਾ ਸਾਧਨ ਨਹੀਂ ਗਾ, ਉਹ ਕਨੈਕਟ ਕਰਨ ਦਾ ਤਰੀਕਾ। ਕੁਐਸਚਨ ਪੈਦਾ ਹੁੰਦਾ ਕਿਹਦੇ ਨਾਲ ਕਨੈਕਟ ਕਰਨ ਦਾ, ਇਹਦਾ ਜਵਾਬ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਸਾਨੂੰ ਪਤਾ ਹੀ ਨਹੀਂ ਅਸੀਂ ਕਿਹਦੇ ਨਾਲ ਕਨੈਕਟ ਕਰ ਰਹੇ ਹਾਂ। ਜਿਹੜੀ ਮਾਂ ਹੈ ਉਹ ਸ਼ਾਇਦ ਬੱਚੇ ਰਾਹੀਂ ਰੱਬ ਨਾਲ ਕਨੈਕਟ ਕਰ ਰਹੀ ਹੈ, ਅਸੀਂ ਜਿਹੜੇ ਆ ਹਲ ਵਾਹੁੰਦਾ ਬੰਦਾ ਕਿਰਤ ਕਰਦਾ ਜਦੋਂ ਜ਼ਮੀਨ 'ਚ ਸਿਆੜ ਪਾ ਕੇ ਅੰਨ ਉਗਾ ਰਿਹਾ, ਸ਼ਾਇਦ ਉਹ ਵੀ ਅਕਾਲ ਪੁਰਖ ਨਾਲ ਕਨੈਕਟ ਕਰ ਰਿਹਾ। ਕਨੈਕਸ਼ਨ ਜਿਹੜਾ ਸਾਡੇ ਹਿਊਮਨ ਕਨੈਕਸ਼ਨਸ ਆ ਉਹ ਮੀਅਰਲੀ ਰੋਮੈਂਟਿਕ ਜਾਂ ਕੋਈ ਹੋਰ ਤਰ੍ਹਾਂ ਦੇ ਨਹੀਂ ਹੋ ਸਕਦੇ, ਉਹਦੇ ਅੰਦਰ ਬਹੁਤ ਕੁਛ ਹੈ। ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਪੰਜਵੇਂ ਪਾਤਸ਼ਾਹ ਦਾ ਫਰਮਾਨ, ਭਾਵੋ ਦਿਸਾ ਅਨੇਕ ਪ੍ਰੇਮ ਪ੍ਰਭ ਕਾਰਨੇ, ਪੰਚ ਸਤਾਵੈ ਦੂਤ ਕਵਨ ਵਿਦ ਮਾਰਨੇ। ਤੁਹਾਡੇ ਅੰਦਰ ਜਿਹੜਾ ਪ੍ਰਭੂ ਦਾ ਪ੍ਰੇਮ ਹੈ ਉਹਦੇ ਕਰਕੇ ਬੰਦੇ ਦਾ ਮਨ ਅਨੇਕ ਦਿਸ਼ਾਵਾਂ ਵੱਲ ਨੂੰ ਧਾਰ ਰਿਹਾ, ਦਰਖਤਾਂ ਨਾਲ, ਦਰਿਆਵਾਂ ਨਾਲ, ਮਰਦਾਂ ਨਾਲ, ਔਰਤਾਂ ਨਾਲ, ਬੱਚਿਆਂ ਨਾਲ, ਹੋਰ ਧਰਤੀ ਦੀਆਂ ਚੀਜ਼ਾਂ ਨਾਲ, ਉਹਨੂੰ ਖਿੱਚਾਂ ਜਿਹੜੀਆਂ ਪੈ ਰਹੀਆਂ ਉਹ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਵੱਸਦੇ ਅਕਾਲ ਪੁਰਖ ਦੀਆਂ ਖਿੱਚਾਂ, ਪਰ ਉਹ ਇੰਟਰਪਟ ਹੋ ਜਾਂਦਾ। ਇੰਟਰਪਸ਼ਨ ਕੀ ਹੈ? ਪੰਚ ਸਤਾਵੈ ਦੂਤ ਕਵਨ ਵਿਦ ਮਾਰਨੇ, ਜਿਹੜੇ ਪੰਜ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਜਿਹੜੀ ਸਬਲਾਈਮ ਹਿਊਮਨ ਡਿਜ਼ਾਇਰ ਹੈ ਉਹਨੂੰ ਇੰਟਰਪਟ ਕਰ ਦਿੰਦੇ ਆ, ਉਹਨੂੰ ਇੱਕ ਸੀਮਿਤ ਘੇਰੇ 'ਚ ਲੈ ਆਉਂਦੇ ਆ, ਜਿਹੜੀ ਉਹਦੀ ਟਰਾਂਸੈਂਡ ਕਰਨ ਵਾਲੀ ਕੈਪੇਬਿਲਿਟੀ ਹੈ ਉਹਦੇ ਅੱਗੇ ਬਲੌਕ ਲੱਗ ਜਾਂਦੇ ਆ, ਅਤੇ ਡਿਜ਼ਾਇਰ ਜਿਹੜੀ ਆ ਉਹ ਰੀਡਿਫਾਈਨ ਹੋ ਕੇ ਇੱਕ ਨਿੱਕੇ ਘੇਰੇ 'ਚ ਸਿਮਟ ਜਾਂਦੀ ਹੈ। ਸੋ ਡਿਜ਼ਾਇਰ ਦਾ ਪੋਟੈਂਸ਼ੀਅਲ, ਫੰਡਾਮੈਂਟਲ ਪੋਟੈਂਸ਼ੀਅਲ ਆ ਡਿਜ਼ਾਇਰ ਦਾ, ਹਿਊਮਨ ਡਿਜ਼ਾਇਰ ਦਾ, ਉਹ ਹੈ ਵੀ ਸਾਡੀ ਅੰਦਰੋਂ ਕੋਈ ਕਨੈਕਟੀਵਿਟੀ ਆ ਕਾਦਰ ਦੇ ਨਾਲ ਜਿਹੜਾ ਕੁਦਰਤ ਦੇ ਵਿੱਚ ਵਿਦਮਾਨ ਹੈ। ਅਤੇ ਜੇ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰਕੇ ਆਲੇ ਦੁਆਲੇ 'ਚ ਗਲਤਾਨ ਨਹੀਂ ਹੁੰਦੇ, ਫਿਰ ਜਿਹੜੀ ਸਾਡੀ ਟਰਾਂਸੈਂਡ ਕਰਨ ਦੀ ਐਬਿਲਿਟੀ ਆ ਉਹ ਇਨਹੈਰੈਂਟ ਆ ਸਾਡੀ ਹਿਊਮਨ ਐਗਜ਼ਿਸਟੈਂਸ ਦੇ ਵਿੱਚ। ਇਹ ਹੋ ਗਿਆ, ਇਹ 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 ਲੈਂਗੁਏਜ ਦਾ ਫੰਡਾਮੈਂਟਲ ਹੋ ਗਿਆ ਵੀ ਲੈਂਗੁਏਜ ਦੇ ਵਿੱਚ ਜਿਹੜੇ ਸਾਡੇ ਸਬਕੌਂਸ਼ੀਅਸ ਦੇ ਵਿੱਚ ਸਾਡੇ ਪੁਰਖਿਆਂ ਦੇ ਅਨੇਕ ਅਨੁਭਵ ਪਏ ਆ ਉਹ ਗੱਲਾਂ ਸਾਨੂੰ ਨਿੱਕੇ ਨਿੱਕੀਆਂ ਛੋਹਾਂ ਸਾਨੂੰ ਮਤਲਬ ਉਹ ਕਰਦੀਆਂ ਜੋੜ ਕੇ ਰੱਖਦੀਆਂ ਸਾਨੂੰ। ਸੋ ਦੋ ਥੀਮ ਮੈਂ ਪਿੱਕ ਕੀਤੇ, ਟਾਈਮ ਅਤੇ ਲੈਂਗੁਏਜ। ਟਾਈਮ ਦਾ ਪ੍ਰੋਸੈਸ ਚੱਲ ਰਿਹਾ ਜਿਹੜਾ ਕਿ ਹਿਸਟੋਰੀਕਲ ਪ੍ਰੋਸੈਸ ਵੀ ਹੈ। ਟਾਈਮ ਦੇ ਪ੍ਰੋਸੈਸ ਦੇ ਤਹਿਤ ਅੰਗਰੇਜ਼ ਸਾਡੀ ਧਰਤੀ 'ਤੇ ਆਏ, ਸਾਡੇ ਰਾਜ 'ਤੇ ਕਬਜ਼ਾ ਕੀਤਾ, ਸਾਡੀਆਂ ਇੰਸਟੀਟਿਊਸ਼ਨਸ ਤਬਾਹ ਕੀਤੀਆਂ, ਸਾਡੇ ਜਿਹੜੇ ਕਾਇਦੇ ਸੀ ਸਕੂਲ ਸਿਲੇਬਸ ਵਾਲੇ ਉਹ ਗਲੀਆਂ 'ਚ ਢੇਰ ਲਾ ਕੇ ਸਾੜੇ, ਨਵੇਂ ਸਕੂਲ ਬਣਾਏ, ਨਵੀਂ ਜਿਹੜੀ ਵੈਸਟਰਨ ਐਜੂਕੇਸ਼ਨ ਹੈ ਉਹ ਸਾਡੇ ਲੋਕਾਂ ਨੂੰ ਦੇਣੀ ਸ਼ੁਰੂ ਕੀਤੀ ਸਾਡੀ ਧਰਤੀ ਦੇ ਉੱਤੇ, ਨਾਲ ਹੀ ਕ੍ਰਿਸਚੀਅਨਿਟੀ ਲੈ ਆਉਂਦੀ। ਇਹ ਟਾਈਮ ਪੋਲੀਟੀਕਲ ਅਸਟੈਬਲਿਸ਼ਮੈਂਟ ਉਹਨਾਂ ਦੀ ਆ, ਰਿਲੀਜੀਅਸ ਮਿਸ਼ਨਰੀ ਨੈਟਵਰਕਸ ਉਹਨਾਂ ਦੇ ਆ ਜਿਹਨਾਂ ਦਾ ਸਟੇਟ ਨਾਲ, ਕਲੋਨੀਅਲ ਐਡਮਿਨਿਸਟ੍ਰੇਸ਼ਨ ਨਾਲ ਕੋਈ ਕੋਈ ਰਾਬਤਾ ਵੀ ਆ। ਸੋ ਸਾਰਾ ਕੁਛ ਬਦਲ ਰਹੇ ਆ, ਪਰ ਜਦੋਂ ਉਹ ਬਦਲ ਰਹੇ ਆ ਉਸ ਵੇਲੇ ਜਿਹੜੇ ਸਾਡੇ ਬੰਦੇ ਆ ਸਿੱਖ ਵਿਦਵਾਨ ਕਵੀ ਉਹਨੂੰ ਬਾਈਪਾਸ ਕਰ ਜਾਂਦੇ ਆ,
ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਗਿਆਨੀ ਦਿੱਤ ਸਿੰਘ, ਅਨੇਕ ਸਾਡੇ ਵਿਦਵਾਨ ਜਿਹੜੀ ਲੈਂਗੁਏਜ ਉਹ ਲਿਖ ਰਹੇ ਆ ਉਹ ਲੈਂਗੁਏਜ ਉਹ ਨਹੀਂ ਜਿਹੜੀ ਕਲੋਨੀਅਲ ਮਡਰਨਿਟੀ ਨੇ ਪੰਜਾਬ ਦੇ ਵਿੱਚ ਲੈ ਕੇ ਆਉਂਦੀ। ਮਡਰਨਿਟੀ ਕੀ ਹੈ? ਇਹ ਬ੍ਰਾਂਚ ਆਫ ਫਿਲੋਸਫੀ, ਇਹ ਸਕੂਲ ਆਫ ਥਾਟ। ਜਦੋਂ ਪੱਛਮ ਦੇ ਵਿੱਚ, ਯੂਰਪ ਦੇ ਵਿੱਚ ਇੰਡਸਟਰੀਅਲ ਰੈਵੋਲਿਊਸ਼ਨ ਆਈ, ਸਾਇੰਟਿਫਿਕ ਰੈਵੋਲਿਊਸ਼ਨ ਆਈ, ਉਸ ਤੋਂ ਪਹਿਲਾਂ ਸਕੋਲੈਸਟਿਕਸ ਦਾ ਗ੍ਰੀਕ ਦੇ ਨਾਲ ਡਾਇਲੋਗ ਚੱਲ ਰਿਹਾ, ਜਿਹੜੇ ਕ੍ਰਿਸਚੀਅਨਸ ਅਤੇ ਗ੍ਰੀਕ ਹੈ ਉਹ ਆਪੋ ਆਪਣੀਆਂ ਜਿਹੜੀਆਂ ਬਾਉਂਡਰੀਜ ਨਿਸ਼ਚਿਤ ਕਰ ਰਹੇ ਹੈ। ਕ੍ਰਿਸਚੈਨਿਟੀ ਗ੍ਰੀਕ ਫਿਲੋਸਫੀ ਨਾਲ ਡਾਇਲੋਗ ਦੇ ਵਿੱਚੋਂ ਟ੍ਰਾਂਸਫਾਰਮ ਹੋ ਰਹੀ ਹੈ। ਬਾਅਦ 'ਚ ਸਾਇੰਟਿਫਿਕ ਰੈਵੋਲਿਊਸ਼ਨ ਸਾਰੇ ਕਾਸੇ ਦੇ ਦੀ ਫਾਊਂਡੇਸ਼ਨ ਨੂੰ ਚੈਲੇਂਜ ਕਰ ਰਿਹਾ। ਉਸ ਤੋਂ ਬਾਅਦ ਮਡਰਨਿਟੀ ਆਉਂਦੀ ਹੈ 16-17 ਸੈਂਚਰੀ ਦੇ ਵਿੱਚ, ਜਿਹਦੇ 'ਚ ਫੰਡਾਮੈਂਟਲ ਡਿਵਾਈਡ ਸਾਹਮਣੇ ਆਉਂਦੀ ਹੈ ਬੋਡੀ ਅਤੇ ਮਾਇੰਡ ਦੀ। ਜਿਹੜਾ ਡੇਕਾਰਤ ਹੈ ਉਹ ਕਹਿੰਦਾ ਆਈ ਥਿੰਕ ਦੇਅਰ ਫੋਰ ਆਈ ਐਮ। ਹਿਊਮਨਸ ਜਿਹੜੇ ਆ ਉਹ ਦੂਜੇ ਜਾਨਵਰਾਂ ਤੋਂ ਵੱਖਰੇ ਆ ਕਿਉਂਕਿ ਉਹਨਾਂ ਦੇ ਵਿੱਚ ਥਿੰਕਿੰਗ ਦੀ ਕੈਪੇਬਿਲਿਟੀ ਹੈ। ਇਹਦਾ ਇੱਕ ਪੱਖ ਹੋ ਗਿਆ, ਪਰ ਇਹਦਾ ਜਿਹੜਾ ਨੈਗੇਟਿਵ ਪੱਖ ਹੈ ਉਹ ਇਹ ਹੈ ਕਿ ਡੇਕਾਰਤ ਹਿਊਮਨ ਬੀਇੰਗ ਨੂੰ ਥਿੰਕਿੰਗ ਦੀ ਫੈਕਲਟੀ ਤੱਕ ਸੀਮਿਤ ਕਰ ਰਿਹਾ। ਹਿਊਮਨ ਦੇ ਵਿੱਚ ਥਿੰਕਿੰਗ ਦੀ ਕੈਪੇਬਿਲਿਟੀ ਹੈਗੀ ਹੈ, ਪਰ ਸਿਰਫ ਥਿੰਕਿੰਗ ਦੀ ਕੈਪੇਬਿਲਿਟੀ ਨਹੀਂ, ਸਾਡੇ 'ਚ ਰਸ ਦੀ ਵੀ ਕੈਪੇਬਿਲਿਟੀ ਹੈ, ਸਾਡੇ 'ਚ ਜਿਹੜੀ ਟੱਚ ਆ ਉਹਨੂੰ ਵੀ ਅਸੀਂ ਮਹਿਸੂਸ ਕਰਦੇ ਹਾਂ, ਉਹ ਜਿਹੜੇ ਐਕਸਪੀਰੀਅੰਸ ਹੁੰਦੇ ਆ ਉਹ ਵੀ ਸਾਨੂੰ ਕਈ ਤਰੀਕਿਆਂ ਨਾਲ ਟ੍ਰਾਂਸਫੋਰਮ ਵੀ ਕਰਦੇ ਆ, ਕਈ ਤਰੀਕਿਆਂ ਦਾ ਆਨੰਦ ਵੀ ਦਿੰਦੇ ਆ। ਜੀਵ ਦਾ ਸਵਾਦ ਹੈ, ਅੱਖਾਂ ਦਾ, ਕੰਨਾਂ ਦਾ, ਮਿਊਜ਼ਿਕ ਨਾਲ ਸਾਡਾ ਨਾਤਾ, ਸਾਡੀ ਸਾਰੀ ਬੋਡੀ ਹੈ ਜਿਹੜੀ, ਜੋ ਕੋਈ ਸਨਸਨੀਖੇਜ਼ ਖਬਰ ਆਉਂਦੀ ਹੈ ਸਾਡੇ ਲੂੰ ਕੰਡੇ ਖੜ੍ਹੇ ਹੁੰਦੇ ਆ, ਉਹ ਜਿਹੜੀ ਹਿਊਮਨ ਐਗਜ਼ਿਸਟੈਂਸ ਉੱਥੋਂ ਨੂੰ ਮਾਇੰਡ ਥੋੜ੍ਹਾ ਉਹਨੂੰ ਰਿਸਪੋਂਡ ਕਰ ਰਿਹਾ। ਕਿਸੇ ਦੁਖਾਂਤਕ ਇੰਸੀਡੈਂਟ ਜਾਂ ਖਬਰ ਨੂੰ ਤੁਹਾਡੇ ਸਿਰ ਤੋਂ ਪੈਰਾਂ ਤੱਕ ਜਿਹੜੀ ਸਾਰੀ ਬੋਡੀ ਜਦੋਂ ਰਿਸਪੋਂਡ ਕਰ ਰਹੀ ਹੈ ਉਦੋਂ ਬੰਦੇ ਦੇ ਲੂੰ ਕੰਡੇ ਖੜ੍ਹੇ ਹੁੰਦੇ। ਸੋ ਜਿਹੜੀ ਜਿਹੜਾ ਇਫੈਕਟਿਵ ਆਸਪੈਕਟ ਆ, ਬਈ ਕਿਸੇ ਇਫੈਕਟ ਨੂੰ ਮਹਿਸੂਸ ਕਰਕੇ ਉਹਦੇ ਨਾਲ ਟ੍ਰਾਂਸਫੋਰਮ ਹੋਣਾ, ਜਾਂ ਕਿਸੇ ਵੱਲ ਇਫੈਕਟ ਦੇ ਕੇ ਭਾਵ ਜਿਹੜਾ ਉਹਦਾ ਸੰਚਾਰ ਕਰਕੇ ਉਹਨੂੰ ਟ੍ਰਾਂਸਫੋਰਮ ਕਰਨਾ, ਇਹ ਪੱਖ ਨੂੰ ਸਕਸੈਸਫੁਲੀ ਭਾਈ ਵੀਰ ਸਿੰਘ ਆਪਦੀ ਕਵਿਤਾ ਦੇ ਵਿੱਚ ਲੈ ਆਏ। ਉਹਨਾਂ ਨੇ ਜਿਹੜੇ ਇੱਕ ਸਿੱਖੀ ਜਿਉਣ ਦੇ ਜਿਹੜੇ ਅੰਦਰਲੇ ਅਨੁਭਵ ਹੈ ਉਹਨਾਂ ਨੂੰ ਬਹੁਤ ਸਾਦੇ ਸ਼ਬਦਾਂ ਦੇ ਵਿੱਚ, ਬਹੁਤ ਸਾਦੀ ਭਾਸ਼ਾ ਦੇ ਵਿੱਚ ਜ਼ੁਬਾਨ ਦੇ ਦਿੱਤੀ। ਜਿਵੇਂ ਸੁਣੋ, ਮੀਂਹ ਪੈ ਹਟਿਆ ਤਾਰ ਨਾਲ, ਇੱਕ ਤੁਪਕਾ ਸੀ ਲਟਕਣ ਦਾ, ਡਿੱਗਦਾ ਦਿੱਸੇ ਪਰ ਨਾ ਡਿੱਗੇ, ਪੁੱਛਿਆ ਰੋਏ ਸੁਣਨ ਦਾ, ਅਰਸ਼ਾਂ ਤੋਂ ਲੱਖਾਂ ਹੀ ਸਾਥੀ ਇਕੱਠੇ ਹੋ ਸਾਂ ਆਏ, ਕਿਤ ਵੱਲ ਲੋਪ ਯਾਰ ਉਹ ਹੋਏ, ਮੈਂ ਲਾ ਨੀਤ ਕਰਦਾ। ਹੁਣ ਇਹ ਇੱਕ ਬੰਦੇ ਦੀ ਤਾਰ ਦੇ ਉੱਤੇ ਲਟਕੇ ਤੁਪਕੇ ਨਾਲ ਜਿਹੜੀ ਐਨਗੇਜਮੈਂਟ ਹੈ ਪੋਇਟਰੀ ਦੇ ਵਿੱਚ ਆਈ, ਇੱਕ ਤਾਂ ਉਹ ਆਪਣੇ ਆਪ 'ਚ ਉਹਦੀ ਕਾਵਿਕਤਾ ਜਿਹੜੀ ਇੰਸਪਾਇਰਿੰਗ ਹੈ, ਦੂਜਾ ਜਿਹੜਾ ਸੰਯੋਗ ਵਿਯੋਗ ਦਾ ਹਿਊਮਨ ਅਨੁਭਵ ਹੈ ਵੀ ਸਾਡੀ ਲਾਈਫ 'ਚ ਅਸੀਂ ਬਹੁਤ ਸਾਰੀਆਂ ਬੇੜੀਆਂ 'ਚ ਬਹਿੰਦੇ ਹਾਂ, ਸਾਡੇ ਕਲਾਸਰੂਮ, ਸਾਡੀ ਸੋਸ਼ਲ ਸਰਾਊਂਡਿੰਗਸ 'ਤੇ ਬਹੁਤ ਸਾਰੀਆਂ ਬੇੜੀਆਂ ਪੱਤਣਾਂ ਤੋਂ ਪਾਰ ਜਾਂਦੀਆਂ, ਲੋਕ ਆਪੋ ਆਪਣੇ ਪਾਸਿਆਂ ਨੂੰ ਖਿੰਡ ਜਾਂਦੇ ਆ, ਅਤੇ ਸੰਯੋਗ ਵਿਯੋਗ ਜਿਹੜੇ ਆ ਉਹ ਨਿੱਕੇ ਨਿੱਕੇ ਰੂਪਾਂ 'ਚ ਜਾਂ ਵੱਡੇ ਰੂਪਾਂ 'ਚ ਉਹ ਚੱਲਦੇ ਰਹਿੰਦੇ ਆ ਲਾਈਫ ਦੇ ਵਿੱਚ। ਸੋ ਉਸ ਤਰ੍ਹਾਂ ਦੇ ਜਿਹੜੇ ਅਹਿਸਾਸ ਸੀ, ਜਿਹੜੇ ਨੋਰਮਲ ਹਿਊਮਨ ਫੀਲਿੰਗਸ, ਉਹਨਾਂ ਦਾ ਸਿੱਖ ਅਨੁਭਵ ਨਾਲ ਕੋਈ ਤਾਲਮੇਲ ਬਣਾ ਕੇ ਜਦੋਂ ਉਹਨਾਂ ਨੇ ਕਵਿਤਾ ਦੇ ਵਿੱਚ ਲਿਆਂਦਾ, ਜਿਹੜੀ ਕਲੋਨੀਅਲ ਮਡਰਨਿਟੀ ਨੇ ਜਿਹੜੀ ਇੱਕ
ਤਵੈਤ ਲੈ ਕੇ ਆਉਂਦੀ ਸੀ ਮੈਟਰ ਤੇ ਸਪਿਰਿਟ ਦੇ ਵਿੱਚ, ਬਾਡੀ ਤੇ ਮਾਈਂਡ ਦੇ ਵਿੱਚ, ਦੱਸਦੇ ਤੇ ਅਣਦੱਸਦੇ ਸੰਸਾਰ ਦੇ ਵਿੱਚ। ਉਹ ਦਵੈਤ ਨੂੰ ਮੇਟ ਰਹੇ ਆ। ਦਵੈਤ ਦੋ ਦੀ ਥਾਂ ਤੇ ਜਿਹੜਾ ਇੱਕ ਦਾ ਅਨੁਭਵ ਹੈ ਉਹ ਸੰਚਾਰ ਹੋ ਰਿਹਾ ਲੈਂਗੁਏਜ ਦੇ ਵਿੱਚੋਂ। ਲੈਂਗੁਏਜ ਕੀ ਹੈ ਇੱਥੇ? ਭਾਈ ਵੀਰ ਸਿੰਘ ਨੇ ਕਿਹੜੀ ਲੈਂਗੁਏਜ 'ਚ ਲਿਖਿਆ? ਜੇ ਮੈਂ ਕਹਾਂ ਭਾਈ ਵੀਰ ਸਿੰਘ ਨੇ ਪੰਜਾਬੀ 'ਚ ਲਿਖਿਆ ਤਾਂ ਮੈਂ ਗਲਤ ਹੋਊਂਗਾ। ਕਿਉਂ? ਪੰਜਾਬੀ 'ਚ ਤਾਂ ਅਨੇਕਾਂ ਸੂਫੀ ਪੋਇਟ ਲਿਖ ਰਹੇ ਆ, ਉਹਨਾਂ ਦੀਆਂ ਕਵਿਤਾਵਾਂ ਜਿਹੜਾ ਐਕਸਪੀਰੀਅੰਸ ਜਨਰੇਟ ਕਰ ਰਹੀਆਂ ਜਾਂ ਕਮਿਊਨੀਕੇਟ ਕਰ ਰਹੀਆਂ ਉਹ ਵੱਖਰਾ। ਪੰਜਾਬੀ 'ਚ ਤਾਂ ਭਾਈ ਵੀਰ ਸਿੰਘ ਤੋਂ ਬਾਅਦ ਦੇ ਲੋਕ ਲਿਖ ਰਹੇ ਆ, ਨੈਕਸਟ ਲਾਈਟ ਪੋਇਟ ਲਿਖ ਰਹੇ ਆ, ਉਹਨਾਂ ਦੇ ਕਵਿਤਾ ਵਿੱਚ ਨਾਅਰੇਬਾਜ਼ੀ ਹੈ, ਲਲਕਾਰਾਂ, ਤਾਨੇ ਮਿਹਣੇ ਆ, ਬਹੁਤ ਬਹੁਤ ਜ਼ਿਆਦਾ ਨੀਰਸਤਾ, ਖੁਸ਼ਕੀ ਹੈ, ਕੋਈ ਉਸ ਤਰ੍ਹਾਂ ਦੇ ਭਾਵ ਨਹੀਂ। ਸੋ ਇਹ ਪੰਜਾਬੀ ਨਹੀਂ ਗੀ ਬੋਲੀ, ਇਹ ਖਾਸ ਤੌਰ 'ਤੇ ਸਿੱਖ ਪੰਜਾਬੀ ਹੈ। ਇਹ ਲੈਂਗੁਏਜ ਵਿਦ ਇਨ ਲੈਂਗੁਏਜ, ਜਿਹੜੀ ਲੈਂਗੁਏਜ ਵਿਦ ਇਨ ਲੈਂਗੁਏਜ ਹੈ, ਲੈਂਗੁਏਜ ਦੇ ਵਿੱਚੋਂ ਇਹ ਕਿਹੜੀ ਟ੍ਰੈਜੈਕਟਰੀ ਉਹ ਐਕਸਪਲੋਰ ਕਰ ਲਈ ਭਾਈ ਵੀਰ ਸਿੰਘ ਨੇ। ਉਹ ਭਾਈ ਵੀਰ ਸਿੰਘ ਦੀ ਪ੍ਰਾਪਤੀ ਹੈ ਦੋ ਲੈਵਲ 'ਤੇ। ਇੱਕ ਤਾਂ ਉਹਨਾਂ ਨੇ ਕਲੋਨੀਅਲ ਇਨਫਲੂਐਂਸ ਤੋਂ ਨਿਆਰੇ ਰਹਿ ਕੇ ਜਿਹੜੀ ਸਿੱਖ ਅਨੁਭਵ ਨੂੰ ਪ੍ਰਗਟ ਕਰਨ ਵਾਲੀ ਕਵਿਤਾ ਜਿਹੜੀ ਉਹ ਤਿਆਰ ਕਰ ਲਈ। ਦੂਜੀ ਪ੍ਰਾਪਤੀ ਜਿਹੜੀ ਹੈ ਵੀ ਜਿਹੜੀ ਪਬਲਿਕ ਸਪੇਸ ਹੈ, ਜਿਹੜੇ ਸਰੋਤੇ ਹੈ, ਸਾਹਿਤ ਦੇ ਪਾਠਕ ਹੈ, ਉਹਨਾਂ ਦੇ ਟੇਸਟ ਨਵੀਂ ਲੈਂਗੁਏਜ ਨਾਲ ਜ਼ਿਆਦਾ ਫੈਮੀਲੀਅਰ ਹੈ, ਅਤੇ ਜਿਹੜੀ ਉਹਨਾਂ ਦੇ ਅੰਦਰ ਲੈਂਗੁਏਜ ਹੈ ਗੁਰਬਾਣੀ ਦੀ ਲੈਂਗੁਏਜ, ਉਹਨੂੰ ਨਵੀਂ ਲੈਂਗੁਏਜ ਜਿਹੜੀ ਪੰਜਾਬੀ ਅੰਗਰੇਜ਼ੀ 'ਚੋਂ ਟ੍ਰਾਂਸਲੇਟ ਹੋ ਕੇ ਆਈ ਹੈ ਪੰਜਾਬ ਦੇ ਵਿੱਚ, ਉਹ ਟ੍ਰਾਂਸਫਾਰਮ ਕਰ ਰਹੀ ਸੀ। ਸੋ ਇੱਕ ਭਾਈ ਵੀਰ ਸਿੰਘ ਸਿੱਖ ਈਡੀਅਮ ਦੇ ਵਿੱਚ ਕਵਿਤਾ ਜਿਹੜੀ ਹੈ ਉਹਦੀ ਰਚਨਾ ਕਰ ਰਹੇ ਹੈ, ਦੂਜਾ ਜਿਹੜੀ ਪਬਲਿਕ ਸਪੇਸ ਕਲੋਨੀਅਲ ਐਡਮਿਨਿਸਟ੍ਰੇਸ਼ਨ ਆਪਣੀ ਸਹੂਲਤ ਦੇ ਹਿਸਾਬ ਨਾਲ ਕੰਸਟਰਕਟ ਕਰ ਰਿਹਾ ਸੀ, ਉਹ ਕੰਸਟਰਕਸ਼ਨ ਦੇ ਪ੍ਰੋਸੈਸ ਨੂੰ ਉਹ ਇੰਟਰਪਟ ਕਰ ਰਹੇ ਹੈ, ਅਤੇ ਉਹਦੇ ਪੈਰਲ ਆਪਦੀ ਸਪੇਸ ਜਿਹੜੀ ਹੈ ਉਹ ਨਿਸ਼ਚਿਤ ਕਰ ਰਹੇ ਹੈ। ਸੋ ਭਾਈ ਵੀਰ ਸਿੰਘ ਦੀ ਐਗਜ਼ਾਮਪਲ ਤੋਂ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਲੈਂਗੁਏਜ ਦੇ ਵਿੱਚ ਪੋਟੈਂਸ਼ੀਅਲ ਹੈ ਵੱਡੇ ਜਿਹੜੇ ਟਾਈਮ ਦੇ ਪ੍ਰੋਸੈਸਿਸ ਹੈ ਉਹਨਾਂ ਤੋਂ ਪਾਰ ਜਾ ਕੇ ਨਿਕਲਣ ਦਾ। ਫਿਰ ਉਸ ਤੋਂ ਬਾਅਦ ਪੂਰਨ ਸਿੰਘ ਆਏ, ਪ੍ਰੋਫੈਸਰ ਪੂਰਨ ਸਿੰਘ 1931 'ਚ ਪੂਰੇ ਹੋ ਗਏ, ਭਾਈ ਵੀਰ ਸਿੰਘ ਪੂਰੇ ਹੋਏ 57 'ਚ, ਪਰ 35 'ਚ ਉਹਨਾਂ ਨੇ ਗੁਰਬਾਣੀ ਦੀ ਵਿਆਖਿਆ ਦਾ ਪ੍ਰੋਜੈਕਟ ਸ਼ੁਰੂ ਕਰਤਾ ਅਤੇ ਲਿਟਰੇਚਰ ਦੀ ਸਿਰਜਣਾ ਵਾਲੇ ਪਾਸੇ ਉਹਨਾਂ ਦਾ ਧਿਆਨ ਘੱਟ ਗਿਆ। ਸੋ 35ਵਿਆਂ ਤੋਂ 30s ਤੋਂ ਲੈ ਕੇ, ਖਾਸ ਤੌਰ 'ਤੇ 1935 ਤੋਂ ਲੈ ਕੇ ਜਿਹੜੀ ਨਵੀਂ ਪ੍ਰੋਗਰੈਸਿਵ ਮੂਵਮੈਂਟ ਪੰਜਾਬ ਦੇ ਵਿੱਚ ਸ਼ੁਰੂ ਹੋਈ, ਜਿਹੜੀ ਮਾਰਕਸਿਜ਼ਮ ਵਿੱਚ ਗਰਾਊਂਡਡ ਸੀ, ਉਹ 'ਚ ਨਵੇਂ ਪੋਚ ਨਿਕਲੇ ਅਤੇ ਉਹਨਾਂ ਪੋਚਾਂ ਨੇ ਜਿਹੜਾ ਲਿਟਰੇਚਰ ਸਿਰਜਿਆ ਉਹ ਹੌਲੀ ਹੌਲੀ ਜਿਹੜੀ ਪੰਜਾਬ ਦੀ ਇੱਕ ਸਿੱਖ ਵਿਰਾਸਤ ਸੀ ਅਤੇ ਇੱਕ ਫੋਕਲੋਰਿਕ, ਉਹਨਾਂ ਦੋਨਾਂ ਦੇ ਸੰਗੀਤ ਤੋਂ ਸਿੱਖਣਾ ਹੁੰਦਾ ਗਿਆ। ਹੌਲੀ ਹੌਲੀ ਉਹ ਕਵਿਤਾ ਜਿਹੜੀ ਹੈ ਉਹ ਜਿਵੇਂ ਪਾਸ਼ ਲਿਖਦਾ, ਮੇਰੀ ਪਿੱਠ 'ਤੇ ਲੱਦ ਦਿਓ ਵਾਜਪਾਈ ਦਾ ਬੋਝਲ ਪਿੰਡਾ, ਮੇਰੇ ਗਲ 'ਚ ਪਾ ਦਿਓ ਹਿਮੰਤ ਬਾਸੂ ਦੀ ਲਾਸ਼, ਲਾਲੀ ਜਗਤ ਨਾਰਾਇਣ ਦੇ ਸਿਰ ਬਾਰੇ ਜੋ ਉਹ ਕਹਿੰਦਾ ਉਹ ਮੈਂ ਇੱਥੇ ਤੁਹਾਡੇ ਨਾਲ ਸਾਂਝਾ ਨਹੀਂ ਕਰ ਸਕਦਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਕਵਿਤਾ 'ਚ ਆਉਣ ਲੱਗ ਗਈਆਂ ਵੀ ਮੁੰਡ ਪੁਣੇ 'ਚ ਜੋ ਜੀ ਕਰਦਾ ਉਹ ਕਹੀ ਜਾਣਾ ਅਤੇ ਉਹਨੂੰ ਕਵਿਤਾ ਦਾ ਨਾਮ ਦੇਣਾ। ਹੁਣ ਜਦੋਂ ਇਹ ਟ੍ਰਾਂਸਫੋਰਮੇਸ਼ਨ ਹੋ ਚੁੱਕੀ ਹੈ, ਜਿਸ ਵੇਲੇ ਪੰਜਾਬੀ ਸਾਹਿਤ ਦੀ ਲੈਂਗੁਏਜ ਜਿਹੜੀ ਹੈ ਉਹ ਟਾਈਮ ਦੇ ਇਨਫਲੂਐਂਸਿਸ ਦੇ ਥੱਲੇ 1960s ਦੇ ਵਿੱਚ ਟ੍ਰਾਂਸਫਾਰਮ ਹੋ ਚੁੱਕੀ ਹੈ, ਉਸ ਵੇਲੇ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਲਿਖਣਾ ਸ਼ੁਰੂ ਕਰਦੇ ਆ।
ਉਹਨਾਂ ਦੀ ਕਵਿਤਾ ਪੁਰਾਣੀ ਜਿਹੜੀ ਸੂਫੀ ਈਡੀਅਮ ਅਤੇ ਸਿੱਖ ਈਡੀਅਮ ਉਹਨਾਂ ਦੋਵਾਂ ਦਾ ਮਿਕਸ ਹੈ। ਉਹ ਜਿਹੜੀ ਮਿਸ਼ਰਨ ਵਾਲੀ ਲੈਂਗੁਏਜ ਆਉਂਦੀ ਹੈ ਬਹੁਤ ਪਾਵਰਫੁੱਲ ਰੂਪ ਦੇ ਵਿੱਚ, ਉਹ ਫਿਰ ਨਵੀਂ ਗਵਾਹੀ ਹੈ ਕਿ ਟਾਈਮ ਦੇ ਪ੍ਰੋਸੈਸ ਜਿੰਨੇ ਮਰਜ਼ੀ ਪਾਵਰਫੁੱਲ ਲੱਗ ਸਕਦੇ ਆ ਪਰ ਬੋਲੀ ਦੀਆਂ ਜੜ੍ਹਾਂ ਹਿਸਟਰੀ ਦੇ ਵਿੱਚ ਨਹੀਂ, ਲੋਕਾਂ ਦੀ ਆਤਮਾ ਦੇ ਵਿੱਚ ਹੈ। ਸੋ ਜੋ ਕੁਛ ਲੋਕਾਂ ਦੀ ਆਤਮਾ ਦੇ ਵਿੱਚ ਹੈ ਉਹ ਕਿਸੇ ਹਿਸਟੋਰੀਕਲ ਪ੍ਰੋਸੈਸ ਤੋਂ ਜ਼ਿਆਦਾ ਡੂੰਘਾ ਅਤੇ ਉਹਦਾ ਐਕਸਪੀਰੀਅੰਸ ਜ਼ਿਆਦਾ ਪ੍ਰੋਫਾਊਂਡ ਹੈ। ਸੋ ਜਿਹੜੀ ਉਸ ਅੰਦਰਲੇ ਐਕਸਪੀਰੀਅੰਸ ਦੀ ਪ੍ਰੋਫੰਡਿਟੀ ਹੈ ਉਹ ਲੈਂਗੁਏਜ ਦੀ ਰੀਇਨਵੈਂਸ਼ਨ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ। ਇਹ ਇਸ ਕਿਤਾਬ ਦੀ ਭੂਮਿਕਾ ਦਾ ਤੱਤ ਸਾਰ। ਸੋ ਜਿਹੜਾ ਸਟਰਗਲ ਮੈਂ ਕਰ ਰਿਹਾ ਹੁਣ, ਇਹ ਕਿਤਾਬ ਦੇ ਦੋ ਰੂਪ ਹੈ। ਇੱਕ ਤਾਂ ਮੇਰਾ ਮਹਿਬੂਬ ਸਾਹਿਬ ਵਾਂਗੂ ਇਸਲਾਮੀ ਅਤੇ ਜਿਹੜਾ ਸੂਫੀ ਪਾਸਟ ਹੈ ਪੰਜਾਬ ਦਾ ਉਹਦੇ ਨਾਲ ਕੋਈ ਬਹੁਤਾ ਨੇੜ ਦਾ ਨਾਤਾ ਨਹੀਂ, ਅਤੇ ਇਹਦੇ 'ਚ ਜਿਹੜੀ ਸੂਫੀ ਇਸਲਾਮੀ ਸ਼ਬਦਾਵਲੀ ਹੈ ਨਹੀਂ। ਪੰਜਾਬ ਦੀ ਫੋਕਲੋਰ ਥੋੜ੍ਹੀ ਬਹੁਤ ਹੈ, ਬਹੁਤੀ ਸਿੱਖ ਸ਼ਬਦਾਵਲੀ ਜਾਂ ਪੰਜਾਬ ਦੀ ਆਮ ਬੋਲਚਾਲ ਦੀ ਬੋਲੀ। ਦੂਜਾ ਜਿਹੜਾ ਕੁਐਸਚਨ ਆਪਾਂ ਡਿਸਕਸ ਕੀਤੇ ਹੈ ਵੀ ਟਾਈਮ ਦਾ ਥੀਮ ਕੀ ਹੈ, ਉਹ ਦੋ ਤਰੀਕੇ ਨਾਲ ਇਸ ਕਿਤਾਬ 'ਚ ਮੈਂ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਤਾਂ ਇਹ ਆ ਵੀ ਜਿਹੜੀ ਲੈਂਗੁਏਜ ਟਾਈਮ ਨੂੰ ਸਬਵਰਟ ਕਰਦੀ ਹੈ ਉਹਨੂੰ ਨਵੇਂ ਸਿਰੇ ਤੋਂ ਫਿਰ ਰੀਇਨਵੈਂਟ ਕਰੀਏ। ਦੂਜਾ ਟਾਈਮ ਬਾਰੇ ਸਪੈਸੀਫਿਕਲੀ ਮੈਂ ਕੁਛ ਕਵਿਤਾਵਾਂ ਲਿਖੀਆਂ, ਅੱਜ ਭਲਕ ਕੱਲ ਹੁਣ ਕਾਲ ਅਤੇ ਬੋਲੀ ਇਸ ਤਰ੍ਹਾਂ ਦੀਆਂ ਜਿਹੜੀਆਂ ਵੀ ਟਾਈਮ ਨੂੰ ਸਿੱਧਾ ਜਿਹੜਾ ਟਾਈਮ ਦੇ ਨਾਲ ਬਤੌਰ ਸਿੱਖ ਇੱਕ ਬਹੁਤ ਹਿੰਸਕ ਦੌਰ ਦੇ ਵਿੱਚ ਜਿਹੜਾ ਮੇਰਾ ਸਬਜੈਕਟਿਵ ਐਕਸਪੀਰੀਅੰਸ ਹੈ ਉਹਨੂੰ ਲੈਂਗੁਏਜ ਦੇ ਰਾਹੀਂ ਕਿਸ ਤਰੀਕੇ ਨਾਲ ਐਕਸਪ੍ਰੈਸ ਕੀਤਾ ਜਾ ਸਕਦਾ, ਇਹ ਇਹਨਾਂ ਕਵਿਤਾਵਾਂ ਦਾ ਥੀਮ ਹੈ। ਦੂਜਾ ਵੀ ਜਿਹੜੇ ਸਾਡੇ ਟਰੋਮਾਸ ਆ, ਸਾਡੇ 'ਤੇ ਵਾਇਲੈਂਸ ਹੋਈ, ਉਹ ਵਾਇਲੈਂਸ ਬਹੁਤ ਜ਼ਿਆਦਾ ਭਿਆਨਕ ਨਿਰਦਈ ਅਤੇ ਹਿਊਮੀਲੇਟਿੰਗ ਸੀ। ਬਈ ਇੱਕ ਜੁਝਾਰੂ ਸਿੰਘ ਆ, ਉਹ ਪੁਲਿਸ ਨੂੰ ਲੱਭਦਾ ਨਹੀਂ, ਉਹ ਕਿਤੇ ਲੁਕਿਆ ਹੋਇਆ ਅੰਡਰਗਰਾਊਂਡ ਹੈ, ਆਪਦੇ ਕੰਮ ਕਰ ਰਿਹਾ, ਹੋ ਸਕਦਾ ਉਹ ਇੰਡੀਆ ਦੇ ਵਿੱਚ ਹੋਵੇ, ਹੋ ਸਕਦਾ ਕਿਤੇ ਬਾਹਰ ਹੀ ਹੋਵੇ। ਸੋ ਉਹਦੇ ਮਾਪਿਆਂ ਨੂੰ, ਉਹਦੇ ਦੋਸਤਾਂ ਨੂੰ ਅਤੇ ਰਿਸ਼ਤੇਦਾਰਾਂ ਨੂੰ ਉਹਦਾ ਕੋਈ ਅਤਾ ਪਤਾ ਹੈ ਨਹੀਂ ਵੀ ਉਹ ਕਿੱਥੇ ਰਹਿੰਦਾ ਜਾਂ ਨਹੀਂ ਰਹਿੰਦਾ, ਪਰ ਪੁਲਿਸ ਵਾਲੇ ਕਹਿੰਦੇ ਆ ਕਿ ਇਹਨਾਂ 'ਚੋਂ ਕਿਸੇ ਨਾ ਕਿਸੇ ਨੂੰ ਪਤਾ ਹੋਊਗਾ। ਸੋ ਉਹ ਸਾਰੇ ਉਹਨੇ ਦੋਸਤ ਮਿੱਤਰ ਰਿਸ਼ਤੇਦਾਰਾਂ ਨੂੰ ਲੈ ਜਾਂਦੇ ਆ, ਕਰੰਟ ਲਾਈ ਜਾਂਦੇ ਆ, ਕਿਸੇ ਨੇ ਪੱਟ 'ਚ ਚੀਰ ਪਾਇਆ, ਵਿੱਚ ਮਿਰਚਾਂ ਪਾਈਆਂ, ਉੱਤੋਂ ਬੰਨਤਾ, ਕਿਸੇ ਨੂੰ ਪੁੱਠਾ ਟੰਗਤਾ, ਹੇਠਾਂ ਅੱਗ ਬਾਲਤੀ, ਜੋ ਜੀ ਕਰਦਾ ਕਰੀ ਜਾਂਦੇ ਆ। ਸਾਡੇ ਵਾਸਤੇ ਕੋਈ ਕਾਨੂੰਨ ਹੀ ਨਹੀਂ, ਸਾਡੇ ਕੋਈ ਮਨੁੱਖੀ ਅਧਿਕਾਰ ਹੀ ਨਹੀਂ, ਪੁਲਿਸ ਦੀ ਕੋਈ ਲਿਮਿਟ ਨਹੀਂ। ਇੱਕ ਪੱਖ, ਦੂਜਾ ਪੱਖ, ਇੱਕ ਜੁਝਾਰੂ ਸਿੰਘ ਜਿਹੜਾ ਹਥਿਆਰਬੰਦ ਸੰਘਰਸ਼ ਦੇ ਵਿੱਚ ਉਹ ਫੜਿਆ ਜਾਂਦਾ, ਪੁਲਿਸ ਵਾਲੇ ਕਹਿੰਦੇ ਵੀ ਇਹ ਬੰਦਾ ਫੜਿਆ ਗਿਆ, ਇਹਦਾ ਇੱਕ ਨੈਟਵਰਕ ਹੈ ਅਤੇ ਇਹਨੂੰ ਟੋਰਚਰ ਕਰਕੇ ਉਹ ਸਾਰੇ ਨੈਟਵਰਕ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਕਢਵਾਈ ਜਾਵੇ ਇਹਤੋਂ। ਉਹ ਟੋਰਚਰ ਕਰਨਾ ਸ਼ੁਰੂ ਕਰ ਦਿੰਦੇ, ਉਹ ਨਹੀਂ ਮੰਨਦਾ, ਟੋਰਚਰ ਦੀਆਂ ਲਿਮਿਟਸ ਮੁੱਕ ਜਾਂਦੀਆਂ, ਉਹ ਨਹੀਂ ਬੋਲਦਾ। ਪੁਲਿਸ ਵਾਲੇ ਚੱਕ ਕੇ ਜਾ ਕੇ ਉਹਦੀਆਂ ਧੀਆਂ ਭੈਣਾਂ ਮਾਵਾਂ ਨੂੰ ਸਾਹਮਣੇ ਲਿਆ ਕੇ ਉਹਨਾਂ ਦੀ ਬੇਪਤੀ ਕਰਦੇ ਆ, ਹੁਣ ਬੋਲ। ਮਤਲਬ ਇਹ ਟਰੋਮਾ ਸਾਡੇ ਇਸ ਤੋਂ ਵੱਧ ਕੀ ਹੋ ਸਕਦਾ ਕਿਸੇ ਨਾਲ, ਇਹਨਾਂ ਟਰੋਮਾਸ ਨੂੰ ਇਰੇਜ਼ ਕੀਤਾ ਗਿਆ ਡਿਫਰੈਂਟ ਟੈਕਨੀਕਸ ਵਰਤ ਕੇ। ਉੱਧਰ ਮੈਂ ਉੱਥੋਂ ਮਾੜੇ ਮੋਟੇ ਹਵਾਲੇ ਦੇ ਦਿੰਦਾ, ਜਿਵੇਂ ਇਹ ਕਹਿ ਦੇਣਾ ਦੋਨੇ ਪਾਸਿਓਂ ਬਰਾਬਰ ਦੀ ਹਿੰਸਾ ਹੋਈ, ਮਤਲਬ ਪੰਜਾਬ ਦੇ ਵਿੱਚ 78 ਤੋਂ 95 ਦੌਰਾਨ ਜਿਹੜੇ ਲੋਕਾਂ ਨੂੰ ਹਿੰਦੂ ਹੋਣ ਕਰਕੇ ਮਾਰਿਆ ਗਿਆ, ਬੱਸਾਂ 'ਚੋਂ ਲਾਹ ਕੇ, ਟ੍ਰੇਨਾਂ 'ਚੋਂ ਜਾਂ ਕਿਤੋਂ ਹੋਰ, ਉਹਨਾਂ ਦੀ ਗਿਣਤੀ 450 ਬੱਸਾਂ ਬਣਦੀ ਹੈ, ਮੈਂ ਗਿਣੇ 375 ਬਣੇ, ਸਾਰੇ ਗੋਲੀ ਕਾਂਡ ਗਿਣੇ, ਮੈਂ 75 ਵਿੱਚ ਲਾ ਦਿੰਦਾ ਵੀ ਜੇ ਕਿਤੋਂ ਕੁਛ ਰਹਿ ਗਿਆ ਹੋਵੇ, 450 ਰੱਖ ਲਓ। ਦਿੱਲੀ 'ਚ 3 ਦਿਨਾਂ 'ਚ ਇਕੱਲੇ ਦਿੱਲੀ ਸ਼ਹਿਰ 'ਚ 2800 ਬੰਦਾ ਸਰਕਾਰੀ ਅੰਕੜਿਆਂ ਮੁਤਾਬਕ ਮਾਰਿਆ ਗਿਆ, 20,000 ਸਾਰੇ ਇੰਡੀਆ 'ਚ 3 ਦਿਨਾਂ 'ਚ। ਸੋ 3 ਦਿਨਾਂ 'ਚ 20,000 ਬੰਦਾ ਅਤੇ 17 ਸਾਲ 'ਚ 78 ਤੋਂ 95 ਤੱਕ 450 ਬੰਦਾ
ਤੇ ਖੱਬੇ ਪੱਖੀ ਧਿਰਾਂ ਕਹਿ ਰਹੀਆਂ ਦੋਨੇ ਪਾਸੇ ਇੱਕੋ ਜਿਹੀ ਵਾਇਲੈਂਸ ਹੋਈ, ਦੋਨੇ ਪਾਸੇ ਇੱਕੋ ਜਿਹੀ ਵਾਇਲੈਂਸ ਤਾਂ ਹੋਈ ਨਹੀਂ। ਵਾਇਲੈਂਸ ਦਾ ਮੈਗਨੀਚਿਊਡ ਆ ਜਿਹੜਾ, ਦੋਵਾਂ ਧਿਰਾਂ ਦਾ ਜਿਹੜਾ ਐਟੀਚਿਊਡ ਹੈ, ਜੇ ਪੰਜਾਬ ਦੇ ਸਿੱਖ ਜੁਝਾਰੂਆਂ ਦਾ ਐਟੀਚਿਊਡ ਹੁੰਦਾ ਵੀ ਹਿੰਦੂ ਹੀ ਮਾਰਨੇ ਆ, ਦੋਵਾਂ ਦੀ ਸਿਕਿਉਰਿਟੀ ਕੋਈ ਨਹੀਂ ਸੀ। ਜੇ ਇੱਕ 5000 ਖਾੜਕੂ ਰਿਪੇਅਰੋ ਕਹਿੰਦਾ ਤੁਰਿਆ ਫਿਰਦਾ ਸੀ, ਜੇ ਇੱਕ ਖਾੜਕੂ ਰੋਜ਼ ਇੱਕ ਹਿੰਦੂ ਮਾਰਦਾ ਤਾਂ ਮਹੀਨੇ ਦੇ 1.5 ਲੱਖ ਬਣਦੇ ਸੀ। ਮਤਲਬ ਬਿਲਕੁਲ ਜਿਹੜੇ ਝੂਠੇ ਹਿਸਟੋਰੀਕਲ ਨੈਰੇਟਿਵਸ ਆ ਉਹ ਲੋਕਾਂ ਨੂੰ ਖਾਮ ਖਾ ਗਿਲਟ ਚ ਪਾ ਰਹੇ ਆ। ਕੈਪਟਨ ਅਮਰਿੰਦਰ ਸਿੰਘ ਦੀ ਸਟੇਟਮੈਂਟ ਆਉਂਦੀ ਹੈ, ਪੰਜਾਬ ਚ ਖਾੜਕੂਆਂ ਨੇ 35,000 ਹਿੰਦੂ ਮਾਰਤਾ। KPS ਗੱਲ ਨੇ ਆਪਣੀ ਕਿਤਾਬ ਚ ਲਿਖਿਆ ਪੰਜਾਬ ਚ ਹੋਣ ਵਾਲੇ ਕੁੱਲ ਕਤਲਾਂ ਦੀ ਗਿਣਤੀ 12,000। KPS ਗੱਲ ਨੇ ਲਿਖਿਆ ਜਿਹੜੇ 12,000 ਬੰਦੇ ਮਰੇ ਉਹ ਚੋਂ 60% ਜਿਹੜੇ ਆ ਉਹ ਸਿੱਖ ਸੀ। ਸੋ ਕੁੱਲ ਕਤਲ 12,000, 60% ਸਿੱਖ ਤੇ 35,000 ਹਿੰਦੂ ਮਰ ਗਿਆ, ਇਹ ਕਿਹੜਾ ਮੈਥ ਹੈ? ਮਤਲਬ ਮੀਡੀਆ ਦੀਆਂ ਸ਼ੇਮਲੈਸ ਹੋਣ ਦੀਆਂ ਕੋਈ ਲਿਮਿਟਸ ਨਹੀਂ। ਸਾਨੂੰ ਕਿਸ ਕਿਸ ਤਰੀਕੇ ਨਾਲ ਕੋਰਨਰ ਕੀਤਾ ਜਾ ਰਿਹਾ ਹੈ, ਸਾਡੇ ਲਈ ਸਪੇਸ ਜਿਹੜੀ ਕਿਵੇਂ ਡਿਨਾਈ ਕੀਤੀ ਜਾ ਰਹੀ ਹੈ, ਉਹ ਟਰੋਮਾਸ ਜਿਹੜੇ ਹੈ ਉਹਨਾਂ ਨੂੰ ਜ਼ਬਾਨ ਕਿਵੇਂ ਦੇਣੀ ਹੈ, ਹਿਸਟਰੀ ਕੀ ਹੈ? ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਸਾਡੀ ਨਸਲ ਖੁਸ਼ੀ ਹੋਈ, ਬਾਅਦ 'ਚ ਹਥਿਆਰਬੰਦ ਸੰਘਰਸ਼ ਚੱਲਿਆ, ਨੌਜਵਾਨਾਂ ਦੇ ਤਸ਼ੱਦਦ ਹੋਇਆ, ਉਹਨਾਂ ਨੂੰ ਖੋ ਖੋ ਕੇ ਝੂਠੇ ਮੁਕਾਬਲਿਆਂ 'ਚ ਮਾਰਿਆ ਗਿਆ, ਅਨੇਕਾਂ ਮਾਵਾਂ ਦੇ ਪੁੱਤ ਜਿਹੜੇ ਆ ਉਹ ਮਾਰੇ ਗਏ, ਇਹ ਹਿਸਟਰੀ ਹੈ। ਪਰ ਜਦੋਂ ਉਹ ਪੁੱਤ ਮਾਰੇ ਜਾ ਰਹੇ ਸੀ ਉਸ ਵੇਲੇ ਉਹਨਾਂ ਮਾਵਾਂ ਦੇ ਦਿਲ 'ਤੇ ਕੀ ਬੀਤ ਰਹੀ ਸੀ, ਇਹ ਹਿਸਟਰੀ 'ਚ ਨਹੀਂ ਆਉਂਦਾ, ਇਹ ਹਿਸਟਰੀ ਦੀ ਕਿਸੇ ਕਿਤਾਬ 'ਚ ਨਹੀਂ, ਇਹ ਸਬਜੈਕਟ ਕਵਿਤਾ ਦਾ। ਸੋ ਇਸ ਲਈ ਕਵਿਤਾ, ਜੇ ਤੁਸੀਂ ਜਿਹੜਾ ਟਾਈਮ ਉਹ ਲੰਘ ਗਿਆ ਉਹ ਟਾਈਮ ਦੇ ਅੰਦਰਲੀ ਜਿਹੜੀ ਵਾਇਲੈਂਸ ਹੈ ਉਹਦਾ ਐਕਸਪੀਰੀਅੰਸ ਹੈ ਉਹਦੇ ਨਾਲ ਹਿਸਟਰੀ ਦੀ ਕਿਤਾਬ ਰਾਹੀਂ ਤੁਸੀਂ ਕਿਵੇਂ ਰਿਲੇਟ ਕਰੋਗੇ? ਅੰਦਰ ਜੋ ਕੁਛ ਵਾਪਰਿਆ ਉਹ ਇਕੱਲੀ ਇਕੱਲੀ ਇੰਸੀਡੈਂਟ ਦੇ ਤੱਤ ਸਾਰ ਨੂੰ ਤੁਹਾਨੂੰ ਪੋਇਟਰੀ ਜਾਂ ਫਿਕਸ਼ਨ ਜਾਂ ਕਿਸੇ ਤਰੀਕੇ ਨਾਲ ਉਹਨੂੰ ਜ਼ਬਾਨ ਦੇਣੀ ਪੈਣੀ ਹੈ। ਸੋ ਇਹ ਕਿਤਾਬ ਦਾ ਤੱਤ ਸਾਰ ਹੈ। ਮੈਂ ਕੁਛ ਟਾਈਮ ਬਾਰੇ ਅਤੇ ਕੁਛ ਜਿਹੜੇ ਸਾਡੇ 'ਤੇ ਵਾਇਲੈਂਸ ਹੋਈ ਉਹਦੇ ਟਰੋਮਾਸ ਉਹਨਾਂ ਬਾਰੇ ਅਤੇ ਕੁਛ ਜਿਹੜਾ ਫਿਊਚਰ 'ਚ ਪੰਜਾਬ ਬਣਨ ਜਾ ਰਿਹਾ ਉਹਦੇ ਬਾਰੇ 5-7 ਰੁਪਈਆਂ ਤੁਹਾਡਾ ਸਾਂਝੀਆਂ ਕਰਦਾ ਅਤੇ ਫਿਰ ਆਪਾਂ ਜਿਹੜਾ ਸਵਾਲਾਂ ਜਵਾਬਾਂ ਦਾ ਸੈਸ਼ਨ ਹੈ ਉਹਦੇ ਵੱਲ ਨੂੰ ਜਾਵਾਂਗੇ। ਕਾਲ ਟਾਈਮ, ਗਰਦਿਸ਼ ਦੇ ਵਿੱਚ ਚੰਨ ਸਤਾਰੇ, ਚੰਨ ਤੇ ਸਤਾਰੇ ਸਾਰੇ ਮੂਵਮੈਂਟ 'ਚ ਹੈ, ਘੁੰਮ ਰਹੇ ਲਗਾਤਾਰ। ਗਰਦਿਸ਼ ਦੇ ਵਿੱਚ ਚੰਨ ਸਤਾਰੇ ਘੁੰਮ ਘੁੰਮ ਵਿਗਸੇ ਧਰਤੀ, ਦਿਵਸ ਰਾਤ ਜਿਉਂ ਆਵਣ ਜਾਣਾ ਕਾਲ ਦੀ ਲੀਲਾ ਵਰਤੀ, ਜੋ ਨਹੀਂ ਮਰਦੇ ਜੋ ਮਰ ਜਿਉਂਦੇ ਵਾਟਾਂ ਸਾਂਭ ਸਧਾਏ, ਅਥਰੂ ਵਿੱਚੋਂ ਪੈੜਾਂ ਉਗਮਣ ਸੁਰਤ ਕਾਲ ਦੀ ਪਰਤੀ। ਜਿਹੜੇ ਕਿਸੇ ਜ਼ਿੰਦਗੀ ਨੂੰ ਜਿਉਣ ਦੇ ਜਿਹੜੇ ਸ਼ਿੱਦਤ ਭਰੇ ਐਕਸਪੀਰੀਅੰਸ ਆ ਉਹਨਾਂ ਦੇ ਵਿੱਚ ਬੀਤੇ ਟਾਈਮ ਦੀ ਗਲੋਰੀ ਪਈ ਆ ਜਿਹੜੀ ਨਵੇਂ ਟਾਈਮ 'ਚ ਰਿਵਾਈਵ ਹੋ ਜਾਂਦੀ ਹੈ। ਜਿਵੇਂ 18ਵੀਂ ਸਦੀ 'ਚ ਭਾਈ ਮਨੀ ਸਿੰਘ ਨੇ ਬੰਦ ਬੰਦ ਕਟਾਏ ਅਤੇ ਉਹ ਜਿਹੜੇ ਐਪੀਸੋਡ ਹੈ ਉਹ ਤਾਜ਼ੇ ਹੋ ਗਏ 1980s ਦੇ ਵਿੱਚ ਸਾਡੀਆਂ ਅੱਖਾਂ ਦੇ ਸਾਹਮਣੇ। ਕੱਲ੍ਹ ਬੀਤੇ ਦਿਓ ਨੇ ਸਾਂਭ ਜਵਾਲੀ, ਨਿਉ ਦੀ ਅਣਕਥ ਗਾਥਾ, ਚੇਤੇ ਦੀ ਥਰ ਥਰ ਮਨ ਮੋਲੇ ਵਿਹੜੇ ਝੁਰਮੁਟ ਲਾਥਾ, ਇੱਕ ਇੱਕ ਪੈੜ ਚੋਂ ਮੁੜ ਮੁੜ ਜਾਗੇ ਧਮਕ ਸ਼ਹੀਦਾਂ ਵਾਲੀ, ਕੱਲ ਚ ਵਾਟਾਂ ਲੈ ਲੈ ਆਟਾਂ ਉਮਲੇ ਮੰਗਾਂ ਫਾਥਾ। ਜਿਹੜੀਆਂ ਸਾਡੀਆਂ ਫਿਊਚਰ ਦੀਆਂ ਵਾਟਾਂ ਅਗਲੇ ਪੈਂਡੇ ਆ ਉਹ ਸਾਡੇ ਕੱਲ ਚ ਪਏ ਆ। ਇਸ ਟਾਈਮ ਦਾ ਉਸ ਟਾਈਮ ਦਾ ਕਨੈਕਸ਼ਨ, ਅੱਜ ਅੰਮ੍ਰਿਤ ਵੇਲਾ ਹੂਕ ਸੰਭੋੜੇ ਖਾਬ ਸੰਜੋਈਏ ਤੜਕੇ,
ਨੇਰ ਦੇ ਦਾਨਵ ਦਿਉ ਦੇ ਵੈਰੀ ਲੈ ਕਨਸੋਆਂ ਭੜਕੇ ਕੱਢ ਸਿਆੜ ਮੈਂ ਬੀਜ ਬੋ ਲਏ ਸਾਂਝਦੀ ਲਾਲੀ ਪੀਵਾਂ ਕਟਕ ਲੈ ਪਏ ਧੂੜਾਂ ਉੱਡੀਆਂ ਤੇਗ ਮਿਆਨੋਂ ਕਰਕੇ ਭਲਕ ਆਉਣ ਵਾਲਾ ਕੱਲ ਹਰਿਆ ਬੂਟਾ ਆਸ ਤੇਰੀ ਦਾ ਦੇ ਦੇ ਪਾਣੀ ਜੀਵਾਂ ਹਰਿਆ ਬੂਟਾ ਆਸ ਤੇਰੀ ਦਾ ਦੇ ਦੇ ਪਾਣੀ ਜੀਵਾਂ ਭਲਕੇ ਵੀ ਤੇਰੀ ਨਦਰੀ ਸਾਂਭਾਂ ਮੁੜ ਮੁੜ ਅੰਮ੍ਰਿਤ ਪੀਵਾਂ ਜਾਬਰ ਬਣ ਤੇ ਨਗਰ ਉਜਾੜਨ ਪਰ ਮਿੱਟੀ ਨਾ ਮਰਦੀ ਜਾਬਰ ਬਣ ਤੇ ਨਗਰ ਉਜਾੜਨ ਪਰ ਮਿੱਟੀ ਨਾ ਮਰਦੀ ਜਿੱਥੇ ਬਾਬੇ ਪੈੜਾਂ ਕਰੀਆਂ ਉਸ ਮਿੱਟੀ ਵਿੱਚ ਥੀਵਾਂ ਹੁਣੇ ਮੌਤ ਨੇ ਦਸਤਕ ਦਿੱਤੀ ਹੁਣੇ ਮੈਂ ਘਰ ਨੂੰ ਜਾਣਾ ਹੁਣੇ ਵਣਾਂ ਵਿੱਚ ਜੀਵਨ ਪੁੰਗਰੇ ਹੁਣੇ ਬਸੰਤ ਅਲਾਣਾ ਖੇਤ ਸਿਦਕ ਦਾ ਭੇਟ ਸੀਸ ਦੀ ਨਾ ਕੋਈ ਪਲਕ ਦੇ ਦਾਈਏ ਇਸੇ ਪਲ ਹੀ ਬੋਲ ਪਗਾਉਣੇ ਇਸੇ ਪਲ ਮਰ ਜਾਣੇ ਅਖੀਰਲੀ ਆ ਫੁੱਣ ਦੇ ਰਾਗ ਫਿਰ ਮੈਂ ਕੁਛ ਹੋਰ ਪੜ੍ਹਦਾ ਦੇਸਾਂ ਦੇ ਜੋ ਗੀਤ ਵਿਸਰ ਗਏ ਵਿੱਚ ਸੁਪਨਿਆਂ ਬੁਣਦੇ ਦੇਸਾਂ ਦੇ ਜੋ ਗੀਤ ਵਿਸਰ ਗਏ ਵਿੱਚ ਸੁਪਨਿਆਂ ਬੁਣਦੇ ਯਾਦਾਂ ਵਿੱਚੋਂ ਟੋਲ ਆਵਾਜ਼ਾਂ ਨੀਂਦ ਭਲੀ ਵਿੱਚ ਸੁਣਦੇ ਬੋਲਾਂ ਦੇ ਵਿੱਚ ਸੁੱਤਾ ਆਪਾ ਜਾਗ ਖਲੋਂਦਾ ਸਾਹਮੇ ਬੀਤੇ ਦੀ ਰਸ ਭਿੰਨੀ ਲੋ ਵਿੱਚ ਰਾਗ ਉਗਮਦੇ ਹੁਣਦੇ ਇਹ ਸੀ ਹੁਣ ਮੈਂ ਕੁਛ ਜਿਹੜੀਆਂ ਟਰੋਮੈਟਿਕ ਜਿਹੜੇ ਐਕਸਪੀਰੀਅੰਸ ਆ ਆਪਣੇ ਉਹਨਾਂ ਬਾਰੇ ਅਤੇ ਕੁਛ ਜਿਹੜਾ ਗਾਂ ਜਿੱਧਰ ਨੂੰ ਜਾ ਰਿਹਾ ਪੰਜਾਬ ਸੁਨੇਹਾ ਉਜੜੇ ਖੇਤੀ ਬਰਬਰ ਉੱਡੇ ਟਿੱਡੀ ਦਲ ਦੇ ਪਹਿਰੇ ਇੱਕ ਚਿੜੀ ਅੱਜ ਫੇਰਾ ਪਾਇਆ ਬਲਦੀ ਇਸ ਦੁਪਹਿਰੇ ਨਾ ਉਹ ਬੋਲੇ ਨਾ ਉਹ ਉੱਡੇ ਅੱਖੀਆਂ ਵਿੱਚ ਸੁਨੇਹਾ ਹਰਫ ਡਲਕਦੇ ਪੜ੍ਹਨ ਨੂੰ ਇੱਕ ਪਲ ਪਾਉਣ ਦੇ ਬੁੱਲੇ ਠਹਿਰੇ ਇੱਕ ਦੋ ਹੋਰ ਪੜ੍ਹਦਾ ਸੁਨੇ ਘਰ ਜਿਨ੍ਹਾਂ ਮਾਵਾਂ ਦੇ ਪੁੱਤ ਚਲੇ ਗਏ ਜੰਗ ਦੇ ਮੈਦਾਨ 'ਚ ਚੁੱਲ੍ਹੇ ਮੂਹਰੇ ਬੈਠੀ ਮਾਤਾ ਤਵੇ 'ਤੇ ਰੋਟੀ ਪਾਵੇ ਸੁੰਝਾਂ ਵਿਹੜਾ ਜੱਗ ਓਪਰਾ ਦਿਲ ਪੁੱਤਰਾਂ ਦੇ ਹਾਵੇ ਅੱਖੀਆਂ ਬੂਹੇ ਹੇਠਾਂ ਵਿਛੀਆਂ ਪਰਛਾਵੇਂ ਦੀਆਂ ਬਿੜਕਾਂ ਆਸ ਉਡੀਕ ਦੇ ਥਲ ਵਿੱਚ ਸੁੱਕੀ ਪੱਤ ਵਿਸਰ ਗਏ ਬਸ ਇੱਕ ਦੋ ਹੋਰ ਪੜ੍ਹਦਾ ਮੈਂ ਫਿਰ ਆਪਾਂ ਸਮਾਪਤੀ ਕਰਦੇ ਹਾਂ ਉਸ ਤੋਂ ਬਾਅਦ ਜੋ ਵੀ ਤੁਹਾਡੇ ਸਵਾਲ ਜਾਂ ਹੋਣਗੇ ਜਿਹੜਾ ਫਿਊਚਰ ਨੂੰ ਪੰਜਾਬ ਜਿੱਧਰ ਨੂੰ ਜਾ ਰਿਹਾ ਬਦਕਿਸਮਤੀ ਨੂੰ ਤੈਂ ਕੀ ਦਰਦ ਨਾ ਆਇਆ ਇਹਦਾ ਸਿਰਲੇਖ ਆੜਾਂ ਵਿੱਚ ਤਰੇੜਾਂ ਪਈਆਂ ਪੱਟਾਂ ਖੰਗਰ ਹੋਈਆਂ ਪਾਣੀ ਲੈ ਗਿਆ ਵਿੱਚ ਪਤਾਲੀ ਨਦੀਆਂ ਰੋ ਰੋ ਮੋਈਆਂ
इस थल विच कोई मार जकारा बाबर वाणी गावो बाबा हुण इस तत्त ते गूंजा आण कदे ना रोया। बहुत मेहरबानी जी, वाहिगुरु जी का खालसा। ਸਵਾਲ ਕਿਸੇ ਦਾ ਵੀ ਕੋਈ ਹੋਵੇ ਉਹ ਆਪਾਂ ਭਾਈ ਸਾਹਿਬ ਜੀ ਨੂੰ ਕਰ ਸਕਦੇ ਹਾਂ।